ठीक है बेटा भाजी असि प्राइवेट बंदे सारे पिछे करते सरकारी रह गए। फूड बैन शुरू की है, जरूरी सी क्योंकि टाइम ते ड्यूटी ते कोई रोटी नहीं मिलती समझते भी बहुत बड़ी नेसेसिटी सी। ये ना फूड ऑन व्हील्स है ना रखे वैन का, फूड ऑन व्हील्स का मतलब जिथे वक्ख वक्ख थावां ते बंदोबस्त ड्यूटी हुंदी है, लॉ एंड ऑर्डर ड्यूटी हुंदी है, ਇਹਦੇ ਨਾਲ ਨਾਲ ਕਿਸੇ ਪ੍ਰੋਟੈਸਟ ਦੇ ਵਿੱਚ ਡਿਊਟੀ ਹੁੰਦੀ ਹੈ, ਕੋਈ ਵੀ ਆਈ ਪੀ ਡਿਊਟੀ ਹੁੰਦੀ ਹੈ। ਵੀ ਆਈ ਪੀ ਡਿਊਟੀ ਕੋਈ ਵੀ ਆਈ ਪੀ ਮੇਨ ਫੰਕਸ਼ਨ ਰੈਲੀ ਹੋ ਸਕਦੀ ਹੈ, ਕੋਈ ਪੋਲੀਟੀਕਲ ਫੰਕਸ਼ਨ ਹੋ ਸਕਦਾ, ਕੋਈ ਰਿਲੀਜੀਅਸ ਫੰਕਸ਼ਨ ਹੋ ਸਕਦਾ, ਉਹਦੇ ਨਾਲ ਨਾਲ ਕੋਈ ਪ੍ਰੋਟੈਸਟ ਦੀ ਡਿਊਟੀ ਹੁੰਦੀ ਹੈ। ਉਹਦੇ ਵਿੱਚ ਬਹੁਤ ਸਾਰੇ ਦਿੱਕਤ ਆਉਂਦੀ ਸੀ ਵੀ ਅਸੀਂ ਕੋਈ ਨਾ ਕੋਈ ਜਿਹੜਾ ਛੋਟਾ ਵਹੀਕਲ ਲੈ ਲਿਆ, ਹਾਇਰ ਕਰ ਲਿਆ, ਉਹਦੇ ਵਿੱਚੋਂ ਇੱਕ ਫਿਕਸ ਚੀਜ਼ਾਂ ਨਹੀਂ ਸੀ ਬਣੀਆਂ ਹੋਈਆਂ ਵੀ ਖਾਣਾ ਕਿੱਥੋਂ, ਪਲੇਟ ਕਿੰਨੇ ਲੈਵਲ 'ਤੇ ਚਾਹੀਦੀ ਹੈ, ਕਿਸ ਉਹ ਸੋਚਦਿਆਂ ਸੋਚਦਿਆਂ ਇੱਥੇ ਸਾਨੂੰ ਪਿਛਲੇ ਟਾਈਮ ਦੇ ਵਿੱਚ ਪਿਛਲੇ 6-7 ਮਹੀਨਿਆਂ ਦੇ ਵਿੱਚ ਕਾਫੀ ਜਿਵੇਂ ਇਲੈਕਸ਼ਨ ਆਈ, ਬਾਈ ਇਲੈਕਸ਼ਨ ਆਈ, ਉਹਦੇ 'ਚ ਪੋਲੀਟੀਕਲ ਵੱਖ ਵੱਖ ਪਾਰਟੀਆਂ ਦੇ ਕਈ ਵਾਰੀ ਜ਼ੈਡ ਪਲੱਸ ਦੇ ਸਾਡੇ 7-7, 8-8 ਫੰਕਸ਼ਨ ਵੱਖ ਵੱਖ ਥਾਵਾਂ 'ਤੇ ਡਿਸਟ੍ਰਿਕਟ 'ਤੇ ਹੁੰਦੇ ਰਹਿੰਦੇ ਸੀ, ਉਹਦੇ 'ਚ ਫੋਰਸ ਨੂੰ ਖਾਣੇ ਦੀ ਦਿੱਕਤ ਆਉਂਦੀ ਸੀ, ਫਿਰ ਜਿਹੜੀ ਪ੍ਰੋਟੈਸਟ ਦੌਰਾਨ ਦਿੱਕਤ ਆਉਂਦੀ ਜਾਂ ਕੋਈ ਰਿਲੀਜੀਅਸ ਫੰਕਸ਼ਨ ਆ ਉਹਦੇ ਦੌਰਾਨ ਦਿੱਕਤ ਆਉਂਦੀ, ਉਹਨੂੰ ਧਿਆਨ 'ਚ ਰੱਖਦਿਆਂ ਸਾਡੀ ਟੀਮ ਜਿਹੜੀ ਆਫਿਸਰ ਆ ਸਾਰਿਆਂ ਨੇ ਬੈਠ ਕੇ ਵੀ ਕਿਸ ਤਰ੍ਹਾਂ ਦੀ ਵੈਨ ਹੋਣੀ ਚਾਹੀਦੀ ਹੈ, ਉਹਨੂੰ ਅਸੀਂ ਮੋਡੀਫਾਈ ਕਰਕੇ ਸਾਰਾ ਵਿੱਚ ਕਿਵੇਂ ਡੋਂਗੇ ਕਿੰਨੇ ਚਾਹੀਦੇ ਆ, ਕਿਵੇਂ ਸਮਾਨ ਚਾਹੀਦਾ, ਉਹ ਅਸੀਂ ਕੀਤੀ ਹੈ। ਅਤੇ ਇਹਦਾ ਪਰਪਸ ਇਹ ਹੈ ਵੀ ਫੋਰਸ ਦਾ ਵੈਲਫੇਅਰ, ਅਤੇ ਫੋਰਸ ਨੂੰ ਇਹ ਜਿਹੜਾ ਲੱਗੇ ਵੀ ਉਹਨਾਂ ਨੂੰ ਲੁੱਕ ਆਫਟਰ ਕੀਤਾ ਜਾ ਰਿਹਾ ਵੀ ਉਹਨਾਂ ਦਾ ਖਾਣੇ ਦਾ ਟਾਈਮ 'ਤੇ ਉਹਨੂੰ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਇਹਦੇ ਵਿੱਚ ਖਾਣਾ ਵੀ ਹੋਊਗਾ ਨਾਲ, ਅਤੇ ਨਾਲ ਨਾਲ ਪਾਣੀ ਅਤੇ ਚਾਹ ਦਾ ਇੰਤਜ਼ਾਮ ਵੀ ਹੋਊਗਾ। ਜੇ ਚਾਹ ਦੇ ਟਾਈਮ ਸਿਰਫ ਚਾਹ ਸਰਵ ਕਰ ਦੂਗੀ ਖਾਣੇ ਦੇ ਟਾਈਮ। ਨਹੀਂ ਦੇਖੋ, ਜਦੋਂ ਮੈਂ ਬਤੌਰ SSP ਕੀਤੀ ਹੈ ਤਾਂ ਪੁਲਿਸ ਡਿਪਾਰਟਮੈਂਟ ਵੱਲੋਂ ਹੀ ਕਹਿ ਸਕਦੇ ਹਾਂ ਕੀਤੀ ਹੈ, ਪਰ ਇਹਦੇ 'ਚ ਹੋ ਸਕਦਾ ਹੋਰ ਡਿਸਟ੍ਰਿਕਟਸ ਦੇ ਵਿੱਚ ਹੋਵੇ, ਪਰ ਮੇਰੀ ਨੌਲੇਜ ਦੇ ਵਿੱਚ ਅਜੇ ਮੈਂ ਇਸ ਤਰ੍ਹਾਂ ਦੀ ਕੋਈ ਫੂਡ ਵੈਨ ਅਤੇ ਇਸ ਟਾਈਪ ਦੀ ਅਤੇ ਇਸ ਲੈਵਲ ਦੀ ਫੂਡ ਵੈਨ ਮੈਂ ਕਹਿ ਸਕਦਾ ਇਹ ਵਿਲੱਖਣ ਅਤੇ ਲਗਭਗ ਪਹਿਲੀ ਹੈ। ਬਾਕੀ ਹੋ ਸਕਦਾ ਵੀ ਕਿਸੇ ਹੋਰ ਥਾਂ 'ਤੇ ਵੀ ਜਿਹੜੀ ਵੈਨ ਹੋਵੇ, ਤਾਂ ਕਿਉਂਕਿ ਇੰਡੀਵਿਜੁਅਲ ਆਈਡੀਆ ਸੀ ਅਤੇ ਇਹ ਅਸੀਂ ਆਈਡੀਆ ਆਪਣੇ ਸਟੇਟ ਹੈੱਡਕੁਆਟਰ 'ਤੇ ਵੀ ਸ਼ੇਅਰ ਕਰਾਂਗੇ, ਅਤੇ ਉਹਦੇ ਨਾਲ ਜਿੱਥੇ ਜ਼ਿਆਦਾ ਡਿਊਟੀਜ਼ ਪੈਂਦੀਆਂ ਜਿਹੜੇ ਡਿਸਟ੍ਰਿਕਟ ਦੇ ਵਿੱਚ ਜਿਵੇਂ ਸੰਗਰੂਰ ਉੱਥੇ ਆ ਜਿੱਥੇ ਬਹੁਤ ਸਾਰੇ ਰਿਲੀਜੀਅਸ ਪੋਲੀਟੀਕਲ ਫੰਕਸ਼ਨ ਗੈਦਰਿੰਗਸ ਹੁੰਦੀਆਂ, ਨਾਲ ਨਾਲ ਵੀ ਆਈ ਪੀ ਡਿਊਟੀਜ਼ ਹੈ, ਨਾਲ ਨਾਲ ਪ੍ਰੋਟੈਸਟ ਡਿਊਟੀ ਹੈ, ਉਹਦੇ 'ਚ ਅਸੀਂ ਇਹਨਾਂ ਪ੍ਰੈਸਨਲ ਅਤੇ ਪਬਲਿਕ ਨਾਲ ਉਹਦੇ ਉੱਪਰ ਸਰਕਾਰਾਂ ਦੀ ਵੀ ਇਹੀ ਮਨਸ਼ਾ ਵੀ ਪੁਲਿਸ ਦਾ ਵੀ ਜਿਹੜਾ ਉਹ ਸੁਭਾਅ ਹੋਵੇ ਪਬਲਿਕ ਨਾਲ ਐਜ਼ ਏ ਮਿੱਤਰ ਦਾ ਹੋਵੇ, ਉਹਦੇ ਉੱਪਰ ਕੀ ਤੁਹਾਡਾ ਨਜ਼ਰੀਆ? ਨਹੀਂ ਦੇਖੋ, ਇਹਦੇ 'ਚ ਹਮੇਸ਼ਾ ਹੀ ਜਿਹੜਾ ਅਸੀਂ ਜਿੰਨੇ ਇੱਥੇ ਪ੍ਰੋਟੈਸਟ ਕਰਦੇ ਹਾਂ ਅਤੇ ਸਾਨੂੰ ਇਹ ਵੀ ਕਹਿੰਦੇ ਆ ਵੀ ਸੌਫਟ ਪੁਲਿਸਿੰਗ ਕਹਿੰਦੇ ਆ ਨੋਰਮਲ, ਉਹਦੇ 'ਚ ਇਹ ਆ ਵੀ ਅਸੀਂ ਦਿੱਕਤ ਉਦੋਂ ਆਉਂਦੀ ਹੈ ਅਸੀਂ ਪ੍ਰੋਟੈਸਟਰ ਨੂੰ ਆਪਦਾ ਪ੍ਰੋਟੈਸਟ ਜੇ ਕਿਸੇ ਨੂੰ ਡੈਮੋਕ੍ਰੇਟਿਕ ਰਾਈਟ ਆ ਤਾਂ ਕਰੇ, ਸਾਨੂੰ ਦਿੱਕਤ ਉਦੋਂ ਆਉਂਦੀ ਹੈ ਆਪਦਾ ਹੱਕ ਮੰਗਦੇ
दूजे का हक जदों खो लेंगे असी कहने भी आपका हक इतने तेल लैके तेल छिड़कना है जी मैं टैंकी तो छाल मारने जी मैं रस्ता रोकना जी कोई बंदा जा रहा है कोई बच्चों नाल जा रहा है किसी ने एग्जाम है किसी को बीमार है कि अपने कैंसर हॉस्पिटल है जिहड़ा इत्थे जिवें टाटा का उहदे रस्ते दे विच आ रहे पेशेंट कोई दूरों दूरों आ रहे हैं तो असी उन्हां दीआं दिक्कतां देख के फिर इन्हां नूं प्रोटेस्टर नूं कहीदा भी आपका हक मंगदे तुसीं लोकां दे हक ना खोवो तो वह हक जदों खोंदे आ तो उदों तकलीफ हुंदी है अदरवाइज़ ठीक है डेमोक्रेटिक राइट है जे कोई प्रोटेस्ट करना चाहुंदा उन्हां चिकर हद्दां च रह के सरकार वालों निराधारित जिहड़ियां कानून की पालना करदिया हो जे आपका कोई प्रोटेस्ट करता सानू उहदे च कोई ऑब्जेक्शन नहीं असी उन्हां लई जे किसी की डिमांड जैनून है हुण सानू नहीं असी नहीं डिसाइड कर सकते भी डिमांड जैनून है कि नहीं जैनून जिहदी डिमांड जैनून है असी भी दुआ करदे हां उहदियां डिमांड्स मन्नियां जाण नहीं जदों वैन दी ब्रिज विल कम वी विल क्रॉस इट तो हजे तक तो यही मेरी क्योंकि मेरा परिवार है पुलिस परिवार है सर किस तरह की सुविधाएं किन्ने पुलिस खाना मिल सकता है जी ये असी अज लगभग 125 बंदे का खाना उन्होंने जोड़ा फोर्स में सर्व किया तो मैं थोड़ा भी रिक्वेस्ट करूँगा भी खाने का टेस्ट भी तुम करके जाओ तुम भी साढ़े नाल खाना खा के जाओ तो बाकी ये डोंगे असी चार ये स्टेशन जिहड़े बनाए हुए है जिहड़े उन्हों फिल किया जा सकता रीफिल किया जा सकता उहदे विच गैस दा इहदे विच इंतजाम रखिया पर असी कोशिश करांगे क्योंकि जिथे वैन जाए उहदी जिहड़ी आउटलैट पानी ना ज़्यादा जाए खराब ना होए जिहड़ी इहदे विच जिवें डस्टबीनस रखे आ जिथे डिस्पोज किथे करना डिस्पोज ऑफ किवें तक चीज़ां नूं करना निक्की निक्की गल दा असी ध्यान करन दी कोशिश कीती है इहदे विच उहनूं अगे ਜਿਵੇਂ ਕਹਿ ਦਿਓ ਹਰ ਪਿਕਾਸੋ ਦੀ ਪੇਂਟਿੰਗ 'ਚ ਵੀ ਇੰਪਰੂਵਮੈਂਟ ਦੇ ਚਾਂਸ ਹੁੰਦੇ ਆ ਇਹ ਵੈਨ ਦੇ ਵਿੱਚ ਵੀ ਇੰਪਰੂਵਮੈਂਟ ਦੇ ਚਾਂਸ ਹੈ ਸਿੱਧੂ ਸਾਹਿਬ ਇਹਦੇ 'ਚ ਕਿੰਨਾ ਖਰਚਾ ਆਇਆ ਖਰਚਾ ਹਜੇ ਚੈੱਕ ਕਰਾਂਗੇ ਜੀ ਹਜੇ ਤਾਂ ਫਸਟ ਮੋਟਿਵ ਜਿਹੜਾ ਮੰਤਵ ਹੈ ਉਹ ਅਸੀਂ ਦੇਖਦੇ ਹਾਂ ਬਾਕੀ ਖਰਚਾ ਤਾਂ ਜਦੋਂ ਬਿੱਲ ਜਾਂਦੇ ਆ ਆਡਿਟ ਵਾਲੇ ਖਜ਼ਾਨੇ ਵਾਲੇ ਪਾਸ ਕਰਦੇ ਉਦੋਂ ਤੁਹਾਨੂੰ ਦੱਸ ਦਾਂਗੇ ਸਰ ਇਹਦੇ ਵਿੱਚ ਮੁਲਾਜ਼ਮਾਂ ਦਾ ਖਰਚਾ ਪਊਗਾ ਜਾਂ ਕਿਸ ਤਰ੍ਹਾਂ ਦਾ ਲੰਗਰ ਦਾ ਕਿਸ ਤਰ੍ਹਾਂ ਪ੍ਰਬੰਧ ਹੋਊਗਾ ਜਿਹੜਾ ਨਹੀਂ ਫੂਡ ਦਾ ਅਸੀਂ ਆਪਦਾ ਜੀ ਵੈਲਫੇਅਰ ਦੇ ਵਿੱਚੋਂ ਆ ਜਿਹੜਾ ਫੂਡ ਦਾ ਜਿਹੜਾ ਇਹ ਡਿਊਟੀ ਬਣਦੀ ਹੈ ਹੁਣ ਮੁਲਾਜ਼ਮ ਆਪਦੇ ਘਰੋਂ ਤਾਂ ਲਿਆ ਨਹੀਂ ਸਕਦੇ ਢਾਬੇ ਤੋਂ ਨਹੀਂ ਲਿਆ ਸਕਦੇ ਖਾਣਾ ਤਾਂ ਹੈ ਬੇਸਿਕ ਰਿਕੁਆਇਰਮੈਂਟ ਹੈ ਜਿਹੜੀ ਅਸੀਂ ਐਟਲੀਸਟ ਤਿੰਨੇ ਟਾਈਮ ਦਾ ਨਹੀਂ ਤਾਂ ਐਟਲੀਸਟ ਵਨ ਟਾਈਮ ਹੈ ਜਿਹੜਾ ਡੇ ਟਾਈਮ ਸਵੇਰੇ ਖਾ ਕੇ ਆ ਸਕਦਾ ਡਿਊਟੀ ਤੋਂ ਬਾਅਦ ਜਾ ਕੇ ਖਾ ਸਕਦਾ ਇਨ ਬਿਟਵੀਨ ਜਿਹੜਾ ਟਾਈਮ ਹੈ ਜਾਂ ਲੌਂਗ ਆਰਸ ਹੈ ਉਹਦੇ ਵਿੱਚ ਅਸੀਂ ਉਹਨੇ ਵੀ ਹਰ ਡਿਊਟੀ ਵੇਲੇ ਅਸੀਂ ਕੋਈ ਜਿਹੜੀ 8 ਘੰਟੇ ਦਾ ਵੀ ਉਹਦੇ 'ਚ ਅਸੀਂ ਜਿਹੜੀ ਲੌਂਗ ਡਿਊਟੀ ਆਰਸ ਜਿਹੜੇ ਹੁੰਦੇ ਆ ਉਹਦੇ ਵਿੱਚ ਅਸੀਂ ਖਾਣਾ ਪ੍ਰੋਵਾਈਡ ਕਰਾਂਗੇ ਥੈਂਕ ਯੂ ਸੋ ਮਚ